ਅੱਜ ਭਾਨਾ ਸਿੱਧੂ ਹੈ, ਉਦੋਂ ਪਹਿਲਾਂ ਦੀਪ ਸਿੱਧੂ ਵਰਗਿਆਂ ਦੇ ਕਤਲ ਕਰਾਏ, ਸਾਡੀ ਨੌਜਵਾਨੀ ਚੱਕ ਕੇ ਉਹ ਡਿਬਰੂਗੜ੍ਹ ਚੱਕ ਕੇ ਸਿੱਟਦੀ, ਐਨਐਸਏ ਲਾ ਕੇ ਇਸੇ ਭਗਵੰਤ ਨੇ ਦੀ ਰੂਹ, ਜਨਰਲ ਡਾਇਰ ਦੀ ਰੂਹ, ਜ਼ਕਰੀਆ ਖਾਨ ਦੀ ਰੂਹ ਇਸ ਇਨਸਾਨ ਚ ਆ ਚੁੱਕੀ ਆ। ਬਹੁਤ ਹਮਲੇ ਆ ਹੋਏ ਆ, ਬਹੁਤ ਧੜ ਵੀ ਆਏ ਆ, ਤੇ ਹਰ ਦਾ ਮੂੰਹ ਭੰਨ ਕੇ ਮੋੜਿਆ ਤੇ ਦਾ ਵੀ ਮੂੰਹ ਭੰਨ ਕੇ ਮੋੜਨਾ। ਜੋ ਤੂੰ ਕਰ ਰਿਹਾ ਕਰਤਾਰਪੁਰ ਭੰਨ ਨੂੰ ਨੰਗਾ ਕਰਾ ਕੇ ਉਹਦੀ ਕੁੱਟਮਾਰ ਕਰਕੇ ਵੀਡੀਓ ਦੇਖ ਰਹੇ ਆ, ਕੀ ਭੰਨ ਆ? ਐਡਾ ਵੱਡਾ ਕੋਈ ਖਤਰਨਾਕ ਅੱਤਵਾਦੀ ਹੈ? ਕੋਈ ਬਲਾਤਕਾਰੀ ਹੈ? ਕਿਹੜਾ ਗੁਨਾਹ ਕੀਤਾ ਭੰਨੇ ਨੇ? 5 ਤਰੀਕ ਨੂੰ ਬਾਈ ਭਗਵੰਤ ਦੇ ਘਰ ਨੂੰ ਜਾਣਾ ਖੂਨ ਭਾਨਾ ਐ ਬੋਲਦਾ, ਫਲਾਨਾ ਐ ਬੋਲਦਾ, ਇਹ ਕੀ ਬੋਲਦਾ ਰਿਹਾ ਬਈ? ਸਿਮਰੋ ਭਾਬੀ ਹਰਸਿਮਰਤ ਨੂੰ ਕੀ ਬੋਲਦਾ ਰਿਹਾ? ਕੈਪਟਨ ਨੂੰ ਕੀ ਬੋਲਦਾ ਰਿਹਾ? ਕਿੱਕਲੀਆਂ ਪਾਉਂਦਾ ਰਿਹਾ? ਅੱਜ ਯਾਰ ਜੇ ਸਵਾਲ ਕਰਦੇ ਹੋ ਵੀ ਬਰਦਾਸ਼ਤ ਨਹੀਂ ਹੋ ਰਹੇ ਯਾਰ। ਬੋਲੇ ਸੋਨਿਹਾ, ਬਹੁਤ ਜ਼ਿਆਦਾ ਕੋਸ਼ਿਸ਼ਾਂ ਹੋਈਆਂ, ਮੈਨੂੰ ਕਈ ਨੌਜਵਾਨਾਂ ਦੇ ਰਾਤ ਫੋਨ ਆਏ ਕਿ ਬਾਈ ਸਾਨੂੰ SHO ਦਾ ਫੋਨ ਆਇਆ, ਸਾਨੂੰ DSP ਦਾ ਫੋਨ ਆਇਆ ਕਿ ਤੁਸੀਂ ਕੱਟ 'ਚ ਨਹੀਂ ਜਾਣਾ, ਪਰ ਤੁਸੀਂ ਕਿਸੇ ਡਰ ਦੀ ਪਰਵਾਹ ਕੀਤੇ ਬਿਨਾਂ ਬੇਖੌਫ ਹੋ ਕੇ ਅੱਜ ਭਾਨਾ ਸਿੱਧੂ ਦੇ ਨਾਲ ਖੜਨਾ ਆਇਓ, ਉਸ ਪੰਜਾਬ ਦੇ ਪੁੱਤਰੇ ਨਾਲ ਖੜੇ ਹੋ, ਇਹ ਦੱਸਦਾ ਤੁਹਾਡਾ ਇਕੱਠ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ, ਆਪਣੇ ਲੋਕਾਂ ਲਈ ਲੜਦਾ ਖੜਦਾ, ਲੋਕ ਹਮੇਸ਼ਾ ਉਹਦਾ ਸਾਥ ਦਿੰਦੇ ਆ। ਪਰ ਤੁਸੀਂ ਹੈਰਾਨੀ ਦੀ ਗੱਲ ਦੇਖੋ ਕਿ ਕਿੰਨਾ ਦੇ ਉਤਰੀ ਹੋਈ ਹੈ ਸਰਕਾਰ। ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਿਸ ਦਿਨ ਭਾਨੇ ਨੂੰ ਲੁਧਿਆਣੇ CI ਸਟਾਫ ਰਾਤ ਨੂੰ ਅਲਫ ਨੰਗਾ ਕਰਕੇ ਠੰਡਾ ਬਰਫ ਵਾਲਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਭਗਵੰਤ ਕਹਿੰਦਾ ਭੇਜੋ, ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਲਿਖਿਆ ਤੇਰੇ ਕੋਲੇ, ਤੂੰ ਝੂਠ ਬੋਲਦਾ। ਮੈਂ ਦੱਸਣਾ ਚਾਹੁੰਦਾ ਸਬੂਤ ਕੀ ਹੁੰਦਾ, ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ, ਜਿਨ੍ਹਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ, ਡਰਾਈਨਾਂ ਦੇ ਵਿੱਚ, ਦਰਿਆਵਾਂ 'ਚ ਰੋੜ ਦਿੱਤੀਆਂ ਗਈਆਂ, ਕੋਈ ਸਬੂਤ ਹੈਗਾ? ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ 25,000 ਲਾਵਾਰਸ ਲਾਸ਼ਾਂ ਦਾ ਅੰਕੜਾ ਇਕੱਠਾ ਕੀਤਾ, ਉਸ ਨੂੰ ਚੱਕ ਕੇ ਜਿਉਂਦੇ ਨੂੰ ਵਿਚਾਲੋ ਪਾੜ ਕੇ ਮਾਰ ਦਿੱਤਾ ਗਿਆ। ਅੱਜ ਤੱਕ ਉਹਦੀ ਲਾਸ਼ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਸਾੜੀ ਹੈ, ਕਿੱਥੇ ਫੂਕੀ ਹੈ, ਕਿਹੜੇ ਦਰਿਆ 'ਚ ਰੋੜੀ ਹੈ, ਕੋਈ ਸਬੂਤ ਹੈਗਾ? ਨਹੀਂ ਹੈਗਾ ਜੀ, ਨਹੀਂ ਹੈਗਾ। ਸਬੂਤ ਹੁੰਦਾ ਕਾਤਲਾਂ ਕੋਲੇ,
ਸਬੂਤ ਹੁੰਦੇ ਆ ਹਕੂਮਤਾਂ ਕੋਲੇ, ਜਿਵੇਂ ਭਵੰਤ ਕਹਿੰਦਾ ਕਿ ਮੈਂ ਇਹਦੀ ਵੀਡੀਓ ਨਿਗਰੀ ਦੇਖਣੀ ਆ, ਮੈਨੂੰ ਵੀਡੀਓ ਬਣਾ ਕੇ ਭੇਜੋ। ਕਦੇ ਵੀ ਮਜ਼ਲੂਮ ਕੋਲੇ ਜਿਹਦੇ ਉੱਤੇ ਜ਼ੁਲਮ ਹੋ ਰਿਹਾ ਹੁੰਦਾ, ਜਿਹੜਾ ਕਤਲ ਹੋ ਰਿਹਾ ਹੁੰਦਾ, ਉਹਨਾਂ ਕੋਲੇ ਸਬੂਤ ਨਹੀਂ ਹੁੰਦੇ। ਅੱਜ ਦੀ ਗੱਲ ਸੁਣ ਲਓ, ਅੱਜ ਭਾਨੇ ਸਿੰਘ ਸਿੱਧੂ ਦੀ ਉੱਥੇ ਪਟਿਆਲਾ ਅਦਾਲਤ ਦੇ ਵਿੱਚ ਪੇਸ਼ੀ ਸੀ, ਉਹਨੂੰ ਪੇਸ਼ ਕੀਤਾ ਗਿਆ। ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰਨ ਦਿੱਤੀ, ਕਈ ਪੱਤਰਕਾਰ ਨੂੰ ਧੱਕੇ ਵੀ ਮਾਰੇ ਗਏ ਆ ਉੱਥੇ। ਸੋ ਭਰਾਵੋ, ਇਹ ਇੰਨਾ ਜ਼ੁਲਮ ਆ ਜਿਹੜਾ, ਇਹ ਤਸ਼ੱਦਦ ਦਾ ਜਿਹੜਾ, ਇਹ ਇਕੱਲਾ ਭਾਨਾ ਨਹੀਂ, ਇਹ ਆਉਣ ਵਾਲੇ ਸਮੇਂ ਲਈ ਇੱਕ ਮਾਹੌਲ ਤਿਆਰ ਕਰ ਰਹੇ ਆ ਪੰਜਾਬ ਦੇ ਅੰਦਰ। 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹ ਲਿਓ ਸਾਰੇ, ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟਰਾਂ ਦਾ ਸਫਾਇਆ ਕਰ ਦਿਓ। ਸਫਾਏ ਤੋਂ ਭਾਵ ਭਾਨ ਦੀ ਸੁਣ ਲਓ ਬੋਲੀ, ਕਹਿੰਦਾ ਕੀ ਹੈ ਕਿ ਤੁਸੀਂ ਇਸ ਮੋੜ ਤੇ ਜਾਉਂਦੇ ਹੋ, ਅਗਲੇ ਮੋੜ ਤੇ ਜਾਉਂਦੇ ਜਾਓਗੇ ਕਿ ਨਹੀਂ, ਇਹ ਤੁਸੀਂ ਪੜ੍ਹਿਆ ਵਿਚਾਰ ਲਓ। ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਏ ਸਾਡੀ ਨੌਜਵਾਨੀ ਦੇ, ਕਹਾਣੀ ਇੱਕੋ ਹੀ ਬਣਾਉਂਦੇ ਆ ਕਿ ਜੀ ਅਸੀਂ ਇਹਨੂੰ ਘੇਰਿਆ, ਇਹਨੇ ਜਵਾਬੀ ਫਾਇਰਿੰਗ ਕੀਤੀ, ਸਾਡੇ ਪੁਲਿਸ ਵਾਲੇ ਦੀ ਪੱਗ 'ਚ ਗੋਲੀ ਵੱਜੀ, ਅਸੀਂ ਮਾਰਤਾ। ਆਹ ਜੀਰੇ ਮੁੰਡੇ ਮਾਰੇ ਆ, ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ, ਉਦੋਂ ਪਹਿਲਾਂ ਤਰਨ ਤਾਰਨ ਦੋ ਮੁੰਡੇ ਮਾਰੇ ਆ। ਜਿਹੜਾ ਉਹਨਾਂ 'ਚੋਂ ਇੱਕ ਮੁੰਡਾ ਮਾਰਿਆ ਜੀਰੇ ਵਾਲਾ, ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ। ਉਹਦਾ ਪਰਿਵਾਰ ਸਾਹਮਣੇ ਆਇਆ ਸੀ, ਪਰ ਮੀਡੀਆ ਦਾ ਖਰੀਦਿਆ ਹੋਇਆ, ਉਹ ਗੱਲ ਵਿੱਚ ਹੀ ਦਬ ਗਈ। ਸੋ ਭਰਾਵੋ, ਜੇ ਆਪਾਂ ਐਂ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ, ਇਹ ਵਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਆ। ਅੱਜ ਭਾਨਾ ਸਿੱਧੂ ਹੈ, ਉਦੋਂ ਪਹਿਲਾਂ ਦੀਪ ਸਿੱਧੂ ਵਰਗਿਆਂ ਦੇ ਕਤਲ ਕਰਾਏ, ਸਾਡੀ ਨੌਜਵਾਨੀ ਚੱਕ ਕੇ ਉਹ ਡਿਬਰੂਗੜ੍ਹ ਚੱਕ ਕੇ ਸਿੱਟਦੀ, ਐਨਐਸਏ ਲਾ ਕੇ ਇਸੇ ਭਵੰਤ ਇਹ ਬੇਅੰਤ ਦੀ ਰੂਹ, ਜਨਰਲ ਡਾਇਰ ਦੀ ਰੂਹ, ਜ਼ਕਰੀਆ ਖਾਨ ਦੀ ਰੂਹ ਇਸ ਇਨਸਾਨ ਚ ਆ ਚੁੱਕੀ ਆ। ਇਹ ਕਹਿੰਦਾ ਹੁੰਦਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰਨ ਲਾਇਆ, ਲੀਡਰਾਂ ਦੇ ਅੱਗੇ ਬੋਲਣ ਲਾਇਆ, ਦੱਸੋ ਵੀ ਅਸੀਂ ਕੀ ਕਰ ਰਹੇ ਹਾਂ, ਸਵਾਲ ਹੀ ਪੁੱਛ ਰਹੇ ਹਾਂ। ਕੀ ਪੰਜਾਬ ਚਿੱਟਾ ਬੰਦ ਹੋ ਗਿਆ? ਬਾਹਾਂ ਖੜੀਆਂ ਗੱਲ ਹੋ ਗਿਆ ਕਿ ਨਹੀਂ ਹੋ ਗਿਆ? ਕੀ ਇਹ ਸਵਾਲ ਪੁੱਛਣਾ ਨਹੀਂ ਬਣਦਾ? ਕੀ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਖਤਮ ਹੋ ਗਈ? ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ, ਜੇ ਇਹਦੀਆਂ ਵੀਡੀਓ ਇਹਦੀ ਲਾ ਕੇ ਚਲਾ ਦੇ ਤਾਂ ਦੱਸੋ ਕਿੱਥੇ ਗੱਲ ਖੜੀ ਹੈ? ਵੀਆਈਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ, ਇਹ ਗੱਲਾਂ ਕਰਦਾ ਸੀ ਕਿ ਫਲਾਨੇ ਦੀ ਫਲਾਨੇ ਦਾ ਫੋਟੋ ਆ, ਫਲਾਨੇ ਦੀ ਫਲਾਨੇ ਦਾ ਫੋਟੋ ਹੈ। ਅੱਜ ਕਈ ਕਰੋੜਾਂ ਅਰਬਾਂ ਰੁਪਇਆ ਫੋਟੋਆਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਹਾ। ਇਹ ਕਹਿੰਦਾ ਸੀ ਅੰਗਰੇਜ਼ ਨੌਕਰੀ ਕਰਨ ਆਇਆ ਕਰਨਗੇ ਪੰਜਾਬ 'ਚ, ਇਸ ਪੰਜਾਬ 'ਚ ਜਿੱਥੇ ਯਾਰ ਤੁਸੀਂ ਬੋਲਣ ਤੱਕ ਨਹੀਂ ਦਿੰਦੇ, ਕਿਉਂ ਨਾ ਫਿਰ ਸਾਡੀ ਜਵਾਨੀ ਹਤਾਸ਼ ਹੋ ਕੇ, ਨਿਰਾਸ਼ ਹੋ ਕੇ ਬਾਹਰਲੇ ਮੁਲਕਾਂ ਨੂੰ ਜਾਵੇ? ਬਈ ਰਿਕਾਰਡ ਹੈ, ਆਹ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ ਹੈ, ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਭੱਜੇ ਹੈ, ਪੰਜਾਬ ਖਾਲੀ ਹੋ ਰਿਹਾ, ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਨੇ। ਜਿਵੇਂ ਖਹਿਰਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਆ ਕੇ
ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾ ਲੈ ਸਕੇ, ਜਿਵੇਂ ਹਿਮਾਚਲ 'ਚ ਹੈ, ਜਿਵੇਂ ਉੱਤਰਾਖੰਡ 'ਚ ਹੈ, ਕੋਈ ਬਾਹਰੋਂ ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾ ਖਰੀਦ ਸਕਣ, ਜਿਵੇਂ ਉੱਤਰਾਖੰਡ, ਰਾਜਸਥਾਨ, ਹਿਮਾਚਲ 'ਚ ਹੈ। ਕਿ ਅਸੀਂ ਨਹੀਂ ਚਾਹੁੰਦੇ ਕਾਨੂੰਨ ਬਣੇ? ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ, ਪੰਜਾਬ ਦੀ ਭੂਗੋਲਿਕ ਸਥਿਤੀ ਬਦਲੀ ਜਾ ਰਹੀ ਹੈ। ਇਹ ਯਾਦ ਰੱਖਿਓ ਭਰਾਵੋ, ਜੇ ਆਪਾਂ ਆਈ ਚੁੱਪ ਰਹੇ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ। ਸਰੂਰ ਵਾਲਿਓ, ਇਹ ਕਹਿੰਦਾ ਸੀ ਸਰੂਰ ਸਾਡੀ ਰਾਜਧਾਨੀ ਹੈ ਤੇ ਜਿਮਨੀ ਚੋਣ ਦੀ ਰਾਜਧਾਨੀ ਪੱਟਤੀ ਸੀ ਤੇ ਹੁਣ ਇਹਦੀ ਜੜ ਪੂਰੇ ਪੰਜਾਬ ਚੋਂ ਪੱਟਣੀ ਹੈ। ਚੋਵੀ ਯਾਦ ਰੱਖਿਓ, ਭੁੱਲਦੇ ਆ, ਬਿਲਕੁਲ ਭੁੱਲਦੇ ਆ। ਜਿਹੜਾ ਸਾਡੇ ਲਈ ਇੱਥੇ ਬੈਠਾ, ਸਾਡੇ ਲਈ ਖੜਾ ਹੈ, ਸਾਡੇ ਲਈ ਲੜਿਆ, ਸਾਡੇ ਲਈ ਜੇਲ੍ਹਾਂ ਜਾਂਦਾ, ਸਾਡੀ ਯਾਦ ਸ਼ਕਤੀ ਬਹੁਤ ਥੋੜ੍ਹੀ ਹੈ, ਭੁੱਲ ਜਾਂਦੇ ਹੋ। ਇੱਕ ਜਕਾਰਾ ਮੈਂ ਉਹਨਾਂ ਬੰਦੀ ਸਿੰਘਾਂ ਦੇ ਨਾਂ 'ਤੇ ਵੀ ਕਹੂੰਗਾ, ਜਿਹੜੇ ਚਾਹੇ ਡਿਬਰੂਗੜ੍ਹ ਬੰਦ ਹੈ, ਚਾਹੇ ਪਿਛਲੇ 30-30 ਸਾਲ ਤੋਂ ਜੇਲ੍ਹਾਂ 'ਚ ਬੰਦ ਹੈ, ਇੱਕ ਜਕਾਰਾ ਉਹਨਾਂ ਦੇ ਨਾਂ 'ਤੇ ਵੀ ਬੁਲਾਓ। ਉਹ ਲੜਾਈ ਵੀ ਸਾਨੂੰ ਲੜਨੀ ਪੈਣੀ ਹੈ। ਸ੍ਰੀ ਅਕਾਲ। ਅਗਲੀ ਗੱਲ ਸੁਣ ਲਓ ਧਿਆਨ ਦੇ ਨਾਲ। ਤੁਸੀਂ ਅੱਜ ਇੱਥੇ ਆਏ ਹੋ, ਭਾਨੇ ਸਿੱਧੂ ਦੀ ਜਨਮ ਧਰਤੀ ਹੈ। ਅੱਜ ਤੁਸੀਂ ਦਿਖਾਤਾ ਇਹ ਇਕੱਠ, ਇਹਦੇ ਤਬੂਤ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਬਤ ਹੋਊਗਾ, ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ੍ਹ ਗਿਆ, ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ, ਮੈਨੂੰ ਕੋਈ ਹਿਲਾ ਨਹੀਂ ਸਕਦਾ। ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ, ਇਹੀ ਲੋਕ ਇੱਜ਼ਤਾਂ ਬਖਸ਼ਦੇ ਹੈ, ਇਹੀ ਲੋਕ ਮਾਣ ਸਤਿਕਾਰ ਦਿੰਦੇ ਆ, ਸਿਰ ਤੇ ਬਿਠਾਉਂਦੇ ਆ, ਤੇ ਜਦੋਂ ਲਾਉਂਦੇ ਆ ਇਹੀ ਲੋਕ ਪੁੰਜੇ ਲਾਉਂਦੇ ਆ। ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ। ਸੋ ਪੰਜਾਬੀਓ, ਇਹਦੇ ਕੋਲ ਕੀ ਆ? ਚੁਟਕਲੇ, ਕਹਾਣੀਆਂ, ਗੱਪ, ਉਹਨੂੰ ਗਾਲਾਂ ਕੱਢਤੀਆਂ, ਉਹਨੂੰ ਗਾਲਾਂ ਕੱਢਤੀਆਂ। ਇਹ ਕਹਿੰਦਾ ਭਾਨਾ ਐਂ ਬੋਲਦਾ, ਫਲਾਨਾ ਐਂ ਬੋਲਦਾ, ਇਹ ਕੀ ਬੋਲਦਾ ਰਿਹਾ ਬਈ? ਸਿਮਰੋ ਭਾਬੀ ਹਰਸਿਮਰਤ ਨੂੰ ਕੀ ਬੋਲਦਾ ਰਿਹਾ? ਕੈਪਟਨ ਨੂੰ ਕੀ ਬੋਲਦਾ ਰਿਹਾ? ਕਿੱਕਲੀਆਂ ਪਾਉਂਦਾ ਰਿਹਾ? ਅੱਜ ਯਾਰ ਜੇ ਸਵਾਲ ਕਰਦੇ ਹੋ ਵੀ ਬਰਦਾਸ਼ਤ ਨਹੀਂ ਹੋ ਰਹੇ ਯਾਰ। ਸੋ ਬਾਈ ਧਿਆਨ ਦਿਓ, ਜਿਵੇਂ ਅੱਜ ਤੁਸੀਂ ਸਾਰਾ ਪੰਜਾਬ ਨਹੀਂ, ਹਰਿਆਣਾ ਵੀ ਆਇਆ, ਇੱਥੇ ਰਾਜਸਥਾਨ ਤੋਂ ਵੀ ਆਏ ਹੈ, ਦਿੱਲੀ ਤੱਕ ਦੇ ਇੱਥੇ ਲੋਕ ਆਏ ਹੈ, ਨੌਜਵਾਨ ਚੱਲ ਜੈਪੁਰ ਤੱਕ ਦੇ ਆਏ ਹੈ। ਪਰ ਮੈਂ ਇੱਕ ਧੰਨਵਾਦ ਖਾਸ ਤੌਰ 'ਤੇ ਉਹਨਾਂ ਲੋਕਾਂ ਦਾ ਕਰਨਾ ਚਾਹੁੰਦਾ ਜਿਹੜੀਆਂ ਹਾਲੇ ਵੀ ਜਾਗਦੀਆਂ ਜ਼ਮੀਰਾਂ ਹੈਗੀਆਂ। ਉਹ ਆਮ ਆਦਮੀ ਪਾਰਟੀ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸੀ, ਉਹ ਸਾਧੂਵਾਲ ਤੋਂ ਆ ਮੁੰਡਾ ਰਾਜੂ, ਇੱਕ ਹਰਵਿੰਦਰ ਪਗੜਿਆਲ ਹੈ, ਇੱਕ ਮੁੰਡਾ ਇੱਥੋਂ ਜੋਤ ਵੜਿੰਗ ਹੈ, ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ। ਪਰ ਉਹਨਾਂ ਨੇ ਲਾਹਨਤਾਂ ਪਾਈਆਂ ਇਸ ਮੁੱਖ ਮੰਤਰੀ ਨੂੰ ਕਿ ਜਿਹੜਾ ਜ਼ਬਰ, ਜਿਹੜਾ ਜ਼ੁਲਮ ਤੂੰ ਕਰ ਰਿਹਾ, ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ, ਨਾ ਕੀਤਾ ਨਾ ਕਰਨਾ। ਬਹੁਤ ਹਮਲੇ ਆ ਹੋਏ ਆ, ਬਹੁਤ ਧੜ ਵੀ ਆਏ ਆ, ਤੇ ਹਰ ਦਾ ਮੂੰਹ ਭੰਨ ਕੇ ਮੋੜਿਆ ਤੇ ਬੁੱਚੜ ਦਾ ਵੀ ਮੂੰਹ ਭੰਨ ਕੇ ਮੋੜਨਾ। ਇਹ ਤੁਹਾਡੇ ਦੇ ਖੜਾ ਪੰਜਾਬ ਦੇ ਲੋਕੋ। 5 ਤਰੀਕ ਨੂੰ ਬਾਈ ਆਰਾਮ ਸੁਣ ਲਓ, ਬਿਲਕੁਲ ਬਾਈ 5 ਤਰੀਕ ਨੂੰ ਧਿਆਨ ਨਾਲ ਸੁਣ ਲਓ ਅਗਲਾ ਐਲਾਨ। 5 ਤਰੀਕ ਨੂੰ ਭਵੰਤ ਦੇ ਘਰ ਨੂੰ ਜਾਣਾ,
ਮੇਰੀ ਗੱਲ ਸੁਣ ਲੈ ਧਿਆਨ ਨਾਲ, ਮੇਰੀ ਬੇਨਤੀ ਮੇਰਾ ਵੀਰ ਤੁਹਾਨੂੰ ਹੱਥ ਬੰਨ ਕੇ ਮੈਂ ਪਿੰਡਾਂ 'ਚ ਹੀ ਬੋਲ ਕੇ ਆਇਆ, ਬੇਨਤੀ ਅੱਜ ਫੇਰ ਕਰਦਾ। ਪੰਜਾਬ ਕੋਲੇ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ, ਜੇ ਅਸੀਂ ਭਾਨੇ ਵਰਗੇ ਅਸਪਾਲ ਸਿੰਘ ਖਹਿਰਾ 4 ਮਹੀਨੇ ਅੰਦਰ ਲਾ ਕੇ ਆਇਆ, ਬਈ ਕੀ ਕਸੂਰ ਸੀ? ਪੰਜਾਬ ਦੀ ਗੱਲ ਕਰਦਾ, ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਆਪਦੀ ਪਾਰਟੀ ਪੱਧਰ ਤੋਂ ਉੱਪਰ ਹੋ ਕੇ ਗੱਲ ਕਰਦਾ। ਬੇਸ਼ੱਕ ਪਾਰਟੀ ਦੀਆਂ ਹਦਾਇਤਾਂ ਹੋਰ ਨੇ, ਪਰ ਹਮੇਸ਼ਾ ਜਦੋਂ UAPA ਲੱਗਿਆ, NSA ਲੱਗਿਆ, ਤਾਂ ਹਮੇਸ਼ਾ ਸੁਖਪਾਲ ਸਿੰਘ ਖਹਿਰਾ ਆਪਣੇ ਪੰਜਾਬ ਨਾਲ ਖੜਾ ਕੇ। ਇਹੋ ਜਿਹੇ ਬੰਦੇ ਭਾਨੇ ਸਿੱਧੂ ਵਰਗੇ ਮੂਸੇਵਾਲ ਦਾ ਕਤਲ ਕਰਾਉਣ ਵਾਲੀਆਂ ਧਿਰਾਂ, ਇਹ ਮੂਸੇਵਾਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ? ਬਖਸ਼ੇ ਜਾਣਗੇ? ਜੇ ਉਹਦੀ ਸਿਕਿਉਰਿਟੀ ਬਾਸ ਕੀਤੀ, ਲੀਕ ਕੀਤੀ, ਤਾਂ ਏਜੰਸੀਆਂ ਨੇ ਮੂਸੇਵਾਲਾ ਮਰਵਾਇਆ। ਸਹੀ ਗੱਲ ਹੈ ਜੀ। ਸੋ ਭਰਾਵੋ, ਜੇ ਤਾਂ ਆਪਾਂ ਆਈ ਮਰਵਾਉਣੇ ਹੈ, ਆਈ ਜ਼ਿਲ੍ਹਾ ਦੇ ਵਿੱਚ ਧੋਣੇ ਆ ਬੰਦੇ, ਤਾਂ ਮੇਰੀ ਗੱਲ ਯਾਦ ਰੱਖਿਓ, ਬੰਦੇ ਬਹੁਤ ਥੋੜੇ ਰਹਿ ਗਏ ਭਰਾ, ਬਹੁਤ ਥੋੜੇ ਰਹਿ ਗਏ। ਸਾਂਭਲੋ, ਸਾਂਭ ਹੁੰਦੇ ਆ ਨੀ, ਇਕੱਲੇ ਇਕੱਲੇ ਅੰਦਰ ਮੂੰਹ ਨੂੰ ਖੂਨ ਲੱਗ ਗਿਆ, ਮੂੰਹ ਨੂੰ ਖੂਨ ਆ, ਇਹ ਸ਼ਿਕਾਰ ਖੇਡਣਗੇ, ਜਵਾਨੀ ਦਾ ਸ਼ਿਕਾਰ ਆ। ਆਪਾਂ 80-90 ਦਾ ਦੌਰ ਸੁਣਦੇ ਰਹੇ ਹਾਂ, ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਲਿਆਉਣ ਨੂੰ ਫਿਰਦਾ, ਕਿਉਂਕਿ ਇਹਦੀ ਅੰਦਰ ਖਾਤੇ ਜਿਹੜੀ ਸਹਿਮਤੀ ਹੈ ਉਹ ਅਮਿਤ ਸ਼ਾਹ ਵਰਗਿਆਂ ਨਾਲ, ਮੋਦੀ ਵਰਗਿਆਂ ਨਾਲ ਹੈ। ਇਹ ਇਕੱਲਾ ਕੇਜਰੀਵਾਲ ਨਾਲ ਵੀ ਹੈਗਾ ਕਿ ਉਹਨਾਂ ਨਾਲ ਮਿਲ ਚੁੱਕਿਆ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡਣਾ। ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ, ਵਧੀਆ ਸ਼ਾਂਤੀ ਨਾਲ ਰਹਿਣ, ਤਾਂ ਭਰਾਵੋ ਤੁਹਾਡਾ ਫਰਜ਼ ਬਣਦਾ। ਜਿਵੇਂ ਤੁਸੀਂ ਅੱਜ ਆਏ ਹੋ, ਅੱਜ ਆਇਆ ਭਾਨੇਰੇ ਪਿੰਡ, ਅਗਲੇ ਪਿੰਡ ਜਾਣਾ ਭਵੰਤ ਦੇ, ਸਵਾਲ ਪੁੱਛਣ ਜਾਣਾ। ਆ ਤੁਹਾਡੀ ਗਿਣਤੀ ਉਸ ਦਿਨ ਸਾਨੂੰ 5 ਤਰੀਕ ਨੂੰ ਇਦੋਂ 10 ਗੁਣਾ ਚਾਹੀਦੀ ਆ, ਸਹਿਮਤ? 5 ਤਰੀਕ ਨੂੰ ਇਹਦੇ ਨਾਲ ਕਰਾਂਗੇ ਮੀਟਿੰਗ। ਵੀ ਲੈ, ਤੂੰ ਕਹਿੰਦਾ ਸੀ ਮੇਰੇ ਨਾਲ ਇਹ ਗੱਲਬਾਤ ਕਰਿਆ ਕਰੋ, ਤੁਸੀਂ ਪਹਿਲਾਂ ਸੜਕਾਂ ਰੋਕ ਲੈਂਦੇ ਹੋ, ਟੋਲ ਪਲਾਜ਼ੇ ਰੋਕ ਲੈਂਦੇ ਹੋ, ਧਰਨੇ ਲਾ ਲੈਂਦੇ ਹੋ, ਜਿੰਦਾਬਾਦ ਮੁਰਦਾਬਾਦ ਕਰਦੇ ਹਾਂ, ਅਸੀਂ 5 ਨੂੰ ਤੇਰੇ ਘਰੇ ਆ ਰਹੇ ਹਾਂ, ਸਾਰਾ ਪੰਜਾਬ ਚੱਲ ਕੇ ਆ ਰਿਹਾ। ਇਹ ਗੱਲ ਦੱਸ ਕਿ ਭਾਨਾ ਚੈਨੀ ਚੋਰ ਹੈ? ਜੋ ਤੂੰ ਕਰ ਰਿਹਾ ਕਿਰਦਾਰ ਕੁਛ, ਭਾਨੇ ਨੂੰ ਨੰਗਾ ਕਰਾ ਕੇ ਉਹਦੀ ਕੁੱਟਮਾਰ ਕਰਕੇ ਵੀਡੀਓ ਦੇਖ ਰਿਹਾ, ਕੀ ਭਾਨਾ ਐਡਾ ਵੱਡਾ ਕੋਈ ਖਤਰਨਾਕ ਅੱਤਵਾਦੀ ਹੈ, ਕੋਈ ਬਲਾਤਕਾਰੀ ਹੈ? ਕਿਹੜਾ ਗੁਨਾਹ ਕੀਤਾ ਭਾਨੇ ਨੇ? 5 ਤਰੀਕ ਨੂੰ ਬਾਈ ਭਵੰਤ ਦੇ ਘਰ ਨੂੰ ਜਾਣਾ। ਅਗਲੀ ਗੱਲ ਸੁਣ ਲਿਓ, ਨਾਲ ਦੱਸਾਂਗੇ ਕਿੱਥੋਂ ਤੁਰਨਾ ਬਾਈ, ਦੱਸਾਂਗੇ ਨਾਲ ਦੀ ਨਾਲ ਮੀਡੀਆ ਰਾਹੀਂ ਦੱਸਾਂਗੇ, ਸਾਰੀਆਂ ਜਥੇਬੰਦੀਆਂ ਰਾਇ ਕਰਕੇ ਦੱਸਾਂਗੇ। ਅਗਲੀ ਗੱਲ ਹੋਰ ਸੁਣ ਲਓ, ਖੜ ਜਾਓ ਧਿਆਨ ਨਾਲ ਸੁਣ ਲਓ। ਇਹ ਨਹੀਂ ਵੀ ਉੱਥੇ ਪੱਕੇ ਬਹਿ ਜਾਣਾ ਵੀ ਉੱਥੇ ਬੈਠ ਕੇ ਤੰਬੂ ਕੱਢ ਲਿਆ, ਨਾ, ਨਾਲ ਦੀ ਨਾਲ ਸੜਕਾਂ ਦੇ ਉਤਰਨਾ ਪਿਆ, ਟੋਲਾਂ 'ਤੇ ਆਉਣਾ ਪਿਆ, ਇਹਨਾਂ ਦੇ MLA ਨੂੰ ਘਰੋ ਘਰੀ ਘੇਰਨਾ ਪਿਆ, ਉੱਧਰ ਨੂੰ ਵੀ ਵਧਾਂਗੇ। ਸਹਿਮਤ ਹੋ ਬਾਈ, ਸਹਿਮਤ ਹੋ? ਫਿਰ ਦੋਨੇ ਬਾਹਾਂ ਖੜੀਆਂ ਕਰਕੇ ਜਕਾਰਾ ਸਹਿਮਤੀ ਦਾ ਦੇ ਦਿਓ। ਬੋਲੇ ਸੋਨਿਆ, ਸ਼ਾਂਤਮਈ ਰਹੋ, ਭੜਕਾਹਟ ਨਾ ਆਇਓ, ਦਬਲ ਦੀ ਲੋੜ ਨਹੀਂ, ਝਿਪਣ ਦੀ ਲੋੜ ਨਹੀਂ ਬਾਈ। ਅਖੀਰਲੇ ਸਾਹ ਤੱਕ ਇਹ ਪੰਜਾਬ ਦੀ ਲੜਾਈ ਲੜਦੇ ਰਹਾਂਗੇ, ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਖਾਤਰ ਲੜਦੇ ਰਹਾਂਗੇ। ਧੰਨਵਾਦ ਸਾਰਿਆਂ ਦਾ। ਬੋਲੇ